ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਹਲਕੇ ਦੇ ਕਾਫੀ ਪਿੰਡਾਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਤੇ ਆਪਣਾ ਰੁਖ ਇੱਕ ਵਾਰ ਫਿਰ ਸਪਸ਼ਟ ਕੀਤਾ ਤੇ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਨੂੰ ਵਾਧੂ ਪਾਣੀ ਨਹੀਂ ਹੈ। ਪੰਜਾਬ ਕਦੇ ਵੀ ਕਿਸੇ ਸੂਬੇ ਨੂੰ ਪਾਣੀ ਨਹੀਂ ਦੇਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪ੍ਰਾਈਵੇਟ ਸਕੂਲਾਂ ਦੁਆਰਾ ਕੀਤੀ ਜਾ ਰਹੀ ਲੁੱਟ ਖਸੁੱਟ ਬਾਰੇ ਵੀ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕਿਸੇ ਕੋਲੋਂ ਕੁਝ ਨਹੀਂ ਲਿਆ ਜਾਂਦਾ। ਹਾਲਾਂਕਿ ਮੁੱਖ ਮੰਤਰੀ ਵੱਲੋਂ ਇਸ ਬਾਰੇ ਜਾਂਚ ਦੀ ਵੀ ਗੱਲ ਕੀਤੀ ਗਈ। ਦੇਖੋ, ਇਹ ਅੱਜ ਕੱਲ੍ਹ ਸਿਸਟਮ ਹੈ, ਦੂਜੇ 'ਤੇ ਬਲੇਮ ਲਾਈ ਜਾਂਦੇ। ਇਹ ਕਦੇ ਪਾਰਟੀਆਂ ਜਿਹੜੀਆਂ ਹੁਣ ਇਸ ਤਰ੍ਹਾਂ ਦਾ ਰਵੱਈਆ ਹੋ ਗਿਆ, ਅੱਗੇ ਨਹੀਂ ਹੁੰਦਾ ਸੀ। ਕਦੇ ਦੂਜੇ ਦੀ ਲਕੀਰ ਮਿਟਾਉਣ ਨੂੰ ਜੇ ਕਿਸੇ ਨੇ ਕਰਨਾ, ਆਪਣੀ ਲਕੀਰ ਵੱਡੀ ਕਰ ਦਿਓ, ਦੂਜੇ ਦੀ ਛੋਟੀ ਲੱਗਣ ਲੱਗੀ। ਇਸ ਕਰਕੇ ਇਹ ਗਲਤ, ਇੱਕ ਦੂਜੇ 'ਤੇ ਚਿੱਕੜ ਸਿੱਖਣਾ, ਮੈਂ ਤਾਂ ਕਿਸੇ 'ਤੇ ਚਿੱਕੜ ਸਿੱਟਦਾ ਨਹੀਂ, ਨਾ ਮੇਰੀ ਯਾਦ। ਦੇਖੋ, ਕੋਰਟ 'ਚ ਲੜਾਈ ਹੋ ਰਹੀ ਹੈ, ਲੇਕਿਨ ਜੋ ਸਾਡਾ ਸਟੈਂਡ ਹੈ ਅਸੀਂ ਉਹਦੇ 'ਤੇ ਪੂਰੇ ਹਾਂ, ਕਿਉਂਕਿ ਉਹ ਤਾਂ ਦੇ ਆ ਕਿ ਰਾਜਸਥਾਨ ਵਾਲਿਆਂ ਨੂੰ ਮੁਫਤ ਮੁਫਤੀ ਮਿਲ ਗਿਆ, ਸਾਨੂੰ ਕਿਸੇ ਨਾਲ ਸਾਡੇ ਸਾਰੇ ਭਰਾ ਹੈ। ਲੇਕਿਨ ਪੰਜਾਬ ਕੋਲ ਕੁਦਰਤ ਨੇ ਜੋ ਚੀਜ਼ਾਂ ਦਿੱਤੀਆਂ, ਸਿਰਫ ਸਾਨੂੰ ਪਾਣੀ ਦਿੱਤਾ ਹੈ। ਇਸ ਲਈ ਹੈ ਨਾ ਜੀ, ਗੌਰਮੈਂਟ ਸਕੂਲਾਂ 'ਚ ਤਾਂ ਕਿਸੇ ਤੋਂ ਕੁਛ ਲਿਆ ਨਹੀਂ ਰਹਿੰਦਾ, ਅਤੇ ਅਸੀਂ ਇਹਨਾਂ ਨੂੰ ਹੋਰ ਵੀ ਮਜ਼ਬੂਤ ਕਰ ਰਹੇ ਹਾਂ ਤਾਂ ਕਿ ਹੋਰ ਬੱਚੇ ਜਿਹੜੇ